ਸਭ ਨੂੰ ਸਤਿ ਸ਼੍ਰੀ ਅਕਾਲ ਜੀ ਅਤੇ ਹਾਜ਼ਰ ਹਾਂ ਜੀ ਮੌਸਮ ਬਾਰੇ ਜਾਣਕਾਰੀ ਲੈ ਕੇ। ਕਿਵੇਂ ਦਾ ਰਹੇਗਾ ਮੌਸਮ 9 ਜੁਲਾਈ 10 ਜੁਲਾਈ ਅਤੇ 11 ਜੁਲਾਈ ਨੂੰ, ਅਤੇ ਜਿਹੜੀ ਇਹ ਤੁਸੀਂ ਤਾਜ਼ਾ ਵੀਡੀਓ ਵੇਖ ਰਹੇ ਹੋ ਇਹ 8 ਜੁਲਾਈ ਦੀ ਹੈ, ਜਿਹੜੀ ਕਿ ਸਾਨੂੰ ਰਈਏ ਤੋਂ ਰਾਜਵਿੰਦਰ ਸਿੰਘ ਜੀ ਉਹਨਾਂ ਨੇ ਭੇਜੀ ਹੈ, ਜਿੱਥੇ ਕਿ ਇਸ ਟਾਈਮ ਲਾਈਵ ਇਹ ਜਿਹੜੀਆਂ ਤੁਸੀਂ ਤਸਵੀਰਾਂ ਵੇਖ ਰਹੇ ਹੋ ਪੰਜਾਬ ਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਏਰੀਆ ਦੇ ਨੇੜੇ ਜਿਹੜੀ ਇਹ ਮੀਂਹ ਪੈ ਰਿਹਾ। ਅਤੇ ਹੁਣ ਤੁਹਾਨੂੰ ਦੱਸ ਰਿਹਾ ਕਿ ਮੌਸਮ ਵਿਭਾਗ ਨੇ ਜਿੱਥੇ ਜਿੱਥੇ ਚੇਤਾਵਨੀ ਜਾਰੀ ਕੀਤੀ ਆਉਣ ਵਾਲੇ ਦਿਨਾਂ ਦੌਰਾਨ, ਜਿੱਥੇ ਭਾਰੀ ਬਾਰਿਸ਼ ਹੋ ਸਕਦੀ ਹੈ ਅਤੇ ਜਿਹੜੇ ਥਾਵਾਂ 'ਤੇ ਰੈੱਡ ਅਲਰਟ ਜਾਰੀ ਕੀਤਾ ਗਿਆ ਉਹਨਾਂ ਦਾ ਵੇਰਵਾ। ਇੱਕ ਬੇਨਤੀ ਹੈ ਕਿ ਇਸ ਵੀਡੀਓ ਦੇ ਅਖੀਰ ਦੇ ਵਿੱਚ ਚੈਨਲ ਦਾ ਵਟਸਐਪ ਨੰਬਰ ਦਿੱਤਾ ਜਾਵੇਗਾ, ਜਿੱਥੇ ਤੁਸੀਂ ਵੀ ਆਪਣੀ ਵੀਡੀਓ ਵਰਟੀਕਲ ਟਾਈਪ 'ਚ ਬਣਾ ਕੇ ਭੇਜ ਸਕਦੇ ਹੋ। ਜਿਹੜੀ ਖੜ੍ਹੇ ਰੁੱਖ ਦਾ ਮੋਬਾਈਲ ਰੱਖ ਕੇ ਵੀਡੀਓ ਨਾ ਭੇਜੋ, ਸੀਟਿੰਗ ਟਾਈਪ ਜਿੱਦਾਂ ਟੈਲੀਵਿਜ਼ਨ ਹੁੰਦਾ ਇਸ ਤਰ੍ਹਾਂ ਬਣਾ ਕੇ ਫੁੱਲ ਐਚ ਡੀ ਕੁਆਲਿਟੀ ਦੇ ਉੱਪਰ ਤੁਸੀਂ ਆਪਣੀ ਵੀਡੀਓ ਭੇਜ ਸਕਦੇ ਹੋ। ਜੇ ਸਿਲੈਕਟ ਹੋਈ ਤਾਂ ਜ਼ਰੂਰ ਅਗਲੀ ਜਾਣਕਾਰੀ ਦੇ ਵਿੱਚ ਵਿਖਾਈ ਜਾਵੇਗੀ। ਸੋ ਹੁਣ ਮੌਸਮ ਦੀ ਜਾਣਕਾਰੀ, ਭਾਰਤੀ ਮੌਸਮ ਵਿਭਾਗ ਨੇ ਆਪਣੇ ਤਾਜ਼ੇ ਬੁਲੇਟਿਨ ਦੇ ਵਿੱਚ ਕਿਹਾ ਕਿ ਇੱਕ ਦਰਜਨ ਤੋਂ ਵਧੇਰੇ ਰਾਜਾਂ ਦੇ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ, ਜਿਨ੍ਹਾਂ ਦੇ ਵਿੱਚ ਹਰਿਆਣਾ, ਪੰਜਾਬ, ਰਾਜਸਥਾਨ ਦੇ ਵੀ ਕੁਝ ਹਿੱਸੇ ਨੇ, ਅਤੇ ਅਗਲੇ 24 ਘੰਟਿਆਂ ਦੌਰਾਨ ਅਜਿਹਾ ਵੇਖਣ ਨੂੰ ਮਿਲ ਸਕਦਾ। ਮੌਸਮ ਵਿਭਾਗ ਨੇ UP ਦੇ ਕੁਝ ਹਿੱਸਿਆਂ ਦੇ ਵਿੱਚ ਭਾਰੀ ਬਾਰਿਸ਼ ਹੋਣ ਦਾ ਅਨੁਮਾਨ ਜਿਤਾਇਆ। 8 ਜੁਲਾਈ ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ, ਜਦੋਂ ਕਿ ਅਸਾਮ ਅਤੇ ਮੇਘਾਲਿਆ ਦੇ ਕੁਝ ਏਰੀਆ ਦੇ ਵਿੱਚ ਭਾਰੀ ਬਾਰਿਸ਼ ਦੀ ਜਿਹੜੀ ਇਹ ਜਾਣਕਾਰੀ ਦੱਸੀ ਦਿੱਤੀ ਜਾ ਰਹੀ ਹੈ। ਕੋਂਕਣ ਐਂਡ ਗੋਆ, ਪੂਰਬੀ ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੂਰਬੀ ਰਾਜਸਥਾਨ, ਪੱਛਮੀ ਬੰਗਾਲ ਅਤੇ ਸਿੱਕਮ, ਬਿਹਾਰ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ ਦੇ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਕਰਨਾਟਕ, ਲਕਸ਼ਦੀਪ, ਪੱਛਮੀ ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਪੰਜਾਬ ਅਤੇ ਅਰੁਣਾਚਲ ਪ੍ਰਦੇਸ਼ ਦੇ ਵਿੱਚ 8 ਜੁਲਾਈ ਨੂੰ ਬਾਰਿਸ਼ ਜਿਹੜੀ ਹੈ ਹੋ ਸਕਦੀ ਹੈ। ਅਜਿਹਾ ਕਿ ਤੁਸੀਂ ਵੀਡੀਓ ਦੇ ਵਿੱਚ ਵੇਖ ਵੀ ਰਹੇ ਹੋ ਪੰਜਾਬ ਦੇ ਕੁਝ ਭਾਗਾਂ ਵਿੱਚ ਬਾਰਿਸ਼ ਹੋ ਰਹੀ ਹੈ। ਹੁਣ ਤੁਹਾਨੂੰ 9 ਜੁਲਾਈ ਬਾਰੇ ਦੱਸਦੇ ਹਾਂ, ਪੂਰਬੀ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਭਾਰੀ ਬਾਰਿਸ਼ ਦੀ ਜਿਹੜੀ ਹੈ ਉੱਥੇ ਸੰਭਾਵਨਾ ਹੈ। 9 ਜੁਲਾਈ ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ। ਕੋਂਕਣ ਅਤੇ ਗੋਆ ਦੇ ਕੁਝ ਹਿੱਸਿਆਂ ਦੇ ਵਿੱਚ ਵੀ ਭਾਰੀ ਬਾਰਿਸ਼ ਦੀ ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਹੈ, ਅਤੇ ਇਹ ਨਾਲ ਹੀ ਪੱਛਮੀ ਮੱਧ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਦਿੱਲੀ, ਬਿਹਾਰ, ਪੱਛਮੀ ਬੰਗਾਲ, ਸਿੱਕਮ, ਅਸਾਮ, ਮੇਘਾਲਿਆ ਦੇ ਵਿੱਚ ਭਾਰੀ ਬਾਰਿਸ਼ ਦੀ 9 ਜੁਲਾਈ ਨੂੰ ਵੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕਰਨਾਟਕ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਉੜੀਸਾ, ਝਾਰਖੰਡ, ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਦੇ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। 10 ਜੁਲਾਈ ਦਾ ਮੌਸਮ ਜੇ ਗੱਲ ਕਰੀਏ, ਮੌਸਮ ਵਿਭਾਗ ਦੇ ਮੁਤਾਬਕ ਪੂਰਬੀ ਮੱਧ ਪ੍ਰਦੇਸ਼, ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਭਾਰੀ ਬਾਰਿਸ਼ ਹੋਵੇਗੀ। 10 ਜੁਲਾਈ ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ। ਕੋਂਕਣ ਅਤੇ ਗੋਆ, ਪੱਛਮੀ ਮੱਧ ਪ੍ਰਦੇਸ਼ ਔਰ ਪੂਰਬੀ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਹੈ ਭਾਰੀ ਬਾਰਿਸ਼ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉੱਥੇ ਹੀ ਕੋਸਟਲ ਕਰਨਾਟਕ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੰਜਾਬ, ਪੱਛਮੀ ਬੰਗਾਲ ਅਤੇ ਸਿੱਕਮ, ਉੜੀਸਾ, ਬਿਹਾਰ, ਇਹਨਾਂ ਰਾਜਾਂ ਦੇ ਵਿੱਚ ਵੀ 10 ਜੁਲਾਈ ਨੂੰ ਭਾਰੀ ਬਾਰਿਸ਼ ਦੀ ਜਿਹੜੀ ਹੈ ਜਾਣਕਾਰੀ ਦਿੱਤੀ ਜਾ ਰਹੀ ਹੈ। 11 ਜੁਲਾਈ ਦੇ ਮੌਸਮ ਦੀ ਆਪਾਂ ਗੱਲ ਕਰੀਏ, ਪੂਰਬੀ ਰਾਜਸਥਾਨ ਦੇ ਨਾਲ ਕੁਝ ਹਿੱਸਿਆਂ ਦੇ ਵਿੱਚ ਭਾਰੀ ਤੋਂ ਬਹੁਤ ਜ਼ਿਆਦਾ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਰਾਜਸਥਾਨ ਦੇ ਲਈ ਪੀਲਾ ਅਲਰਟ ਜਿਹੜਾ ਜਾਰੀ ਕੀਤਾ ਹੈ, ਔਰੇਂਜ ਅਲਰਟ। ਕੋਂਕਣ ਅਤੇ ਗੋਆ, ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਉੱਤਰਾਖੰਡ, ਪੱਛਮ ਬੰਗਾਲ, ਸਿੱਕਮ, ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ, ਕੋਸਟਲ ਕਰਨਾਟਕ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਹਿਮਾਚਲ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ, ਪੰਜਾਬ, ਪੱਛਮੀ ਬੰਗਾਲ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਮੁਤਾਬਕ ਅਰਬ ਸਾਗਰ ਦੇ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲ ਸਕਦੀ ਹੈ, ਜਿਸ ਦਾ ਸਮੁੰਦਰ ਦੇ ਵਿੱਚ ਤੇਜ਼ ਲਹਿਰਾਂ ਜਿਹੜੀਆਂ ਨੇ ਜਿਸ ਦੇ ਕਾਰਨ ਉੱਠ ਸਕਦੀਆਂ ਨੇ। ਅਤੇ ਇਸੇ ਤਰ੍ਹਾਂ ਹੀ ਜਿਹੜੀ ਇਹ ਜਾਣਕਾਰੀ ਕਈ ਸਟੇਟਾਂ ਦੇ ਵਿੱਚ ਜਿਹੜੀ ਇਹ ਪਹਿਲੀ ਬਾਰਿਸ਼ ਹੋ ਰਹੀ ਹੈ, ਅਤੇ ਜਿਹੜੀ ਇਹ ਤਾਜ਼ਾ ਜਾਣਕਾਰੀ ਆਪ ਜੀ ਦੇ ਸਨਮੁੱਖ ਰੱਖੀ ਗਈ ਹੈ 9 ਜੁਲਾਈ, 10 ਜੁਲਾਈ ਅਤੇ 11 ਜੁਲਾਈ। ਅਤੇ ਇਹ ਵੀਡੀਓ ਜਿਹੜੀਆਂ ਨੇ ਅੱਜ ਦੀਆਂ ਤੁਸੀਂ ਤਾਜ਼ੀਆਂ ਵੀਡੀਓ ਵੇਖ ਰਹੇ ਹੋ, ਅਤੇ ਜਿਹੜੀ ਇਹ ਸਾਨੂੰ ਰਾਜਵਿੰਦਰ ਸਿੰਘ ਉਹਨਾਂ ਨੇ ਰਈਏ ਤੋਂ ਭੇਜੀ ਸੀ। ਅਤੇ ਦਿਓ ਇਜਾਜ਼ਤ, ਅੱਗੇ ਤੁਸੀਂ ਇਹ ਵੇਖੋ ਵੀਡੀਓ, ਅਤੇ ਇਸ ਦੇ ਅਖੀਰ ਦੇ ਵਿੱਚ ਫੋਨ ਨੰਬਰ।